ਸਿਹਤ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਖੁਦ ਦੇ ਜ਼ਿਲ੍ਹੇ ਦੇ ਹਸਪਤਾਲ ਦੀ ਸਿਹਤ ਵਿਗੜੀ ਹੋਈ ਹੈ ਕਿਉਂਕਿ ਨਰਸਿੰਗ ਸਟਾਫ ਅਤੇ ਦਰਜਾ 4 ਕਰਮਚਾਰੀ ਹੜਤਾਲ 'ਤੇ ਚੱਲ ਰਹੇ ਨੇ। ਅੱਜ ਚੌਥਾ ਦਿਨ ਹੋ ਗਿਆ ਹੜਤਾਲ ਦਾ। ਸਾਡੇ ਨਾਲ ਦਰਜਾ 4 ਜਿਹੜੇ ਕਰਮਚਾਰੀ ਹੈਗੇ ਉਹਨਾਂ ਨਾਲ ਗੱਲ ਕਰਦੇ ਆ ਕਿ ਹਸਪਤਾਲ ਦੇ ਕੀ ਹਾਲਾਤ ਨੇ, ਹਸਪਤਾਲ ਇਸ ਟਾਈਮ ਕਿਹੜੇ ਹਾਲਾਤਾਂ ਦੇ ਨਾਲ ਜੂਝ ਰਿਹਾ, ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ, ਇਸ ਕਾਰਨ ਕਰਕੇ ਕਿ ਸਰਕਾਰ ਵੱਲੋਂ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਕੀ ਨਾਂ ਜੀ? ਗੁਰਲਾਲ ਸਿੰਘ ਨਾਂ ਜੀ ਮੇਰਾ। ਗੁਰਲਾਲ ਜੀ, ਹਸਪਤਾਲ ਦੀ ਸਿਹਤ ਵਿਗੜੀ ਹੋਈ ਹੈ, ਮੁੱਖ ਮੰਤਰੀ ਦੇ ਖੁਦ ਦੇ ਜ਼ਿਲ੍ਹੇ ਦਾ ਹਸਪਤਾਲ ਹੈ, ਸਿਹਤ ਮੰਤਰੀ ਇਸ ਜ਼ਿਲ੍ਹੇ ਦੇ ਨੇ, ਹਸਪਤਾਲ ਦੇ ਵਿੱਚ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਨੂੰ ਕਿੰਨੀ ਕੁ ਸਮੱਸਿਆ ਆ ਰਹੀ ਹੈ, ਹਸਪਤਾਲ ਦੇ ਅੰਦਰ ਦੇ ਹਾਲਾਤ ਕੀ ਨੇ? ਅੰਦਰ ਦੇ ਹਾਲਾਤ ਨੇ ਜਿਹੜੇ ਉਹ ਬਹੁਤ ਹੀ ਮਾੜੇ ਨੇ, ਕਿਉਂਕਿ ਜਿਹੜੇ ਸਾਡੇ ਸਫਾਈ ਕਰਮਚਾਰੀ ਨੇ ਉਹ ਸਾਰੇ ਇਸ ਟਾਈਮ ਦੇ ਹੜਤਾਲ ਦੇ ਉੱਪਰ ਨੇ। ਉਹਦਾ ਕਾਰਨ ਇਹ ਹੈ ਵੀ ਸਰਕਾਰ ਆ ਜਿਹੜੀ ਲੰਬੇ ਸਮੇਂ ਤੋਂ ਸਾਡਾ ਸ਼ੋਸ਼ਣ ਕਰਦੀ ਆ ਰਹੀ ਹੈਗੀ। ਸਾਨੂੰ 2010 ਦੇ ਵਿੱਚ ਕੁੱਲ 3200 ਰੁਪਈਆ ਤਨਖਾਹ ਦੇ ਉੱਪਰ ਭਰਤੀ ਕੀਤਾ ਗਿਆ ਸੀਗਾ। ਉਹ ਤੋਂ ਬਾਅਦ ਸਾਡਾ ਲਗਾਤਾਰ ਸ਼ੋਸ਼ਣ ਹੁੰਦਾ ਆ ਰਿਹਾ। ਅਸੀਂ 40-40 50-50 ਕਿਲੋਮੀਟਰਾਂ ਤੋਂ ਇੱਥੇ ਆ ਕੇ ਨੌਕਰੀ ਕਰਦੇ ਹਾਂ, ਜਿਹਦੇ ਵਿੱਚ ਸਾਨੂੰ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਚਲਾਉਣਾ ਉਹ ਬੜਾ ਮੁਸ਼ਕਲ ਹੋ ਰਿਹਾ, ਕਿਉਂਕਿ ਸਾਡੇ ਸਫਾਈ ਕਰਮਚਾਰੀ ਅਤੇ ਬਾਰਟੈਂਡਰ ਜਿਹੜੇ ਸਾਡੇ ਵੀਰ ਨੇ ਠੇਕੇ 'ਤੇ, ਉਹ ਸਾਰੇ ਇਸ ਸਮੇਂ ਧਰਨੇ ਦੇ ਉੱਪਰ ਨੇ। ਤਾਂ ਕਰਕੇ ਜਿਹੜੇ ਰਿਸ਼ਤੇਦਾਰ ਨੇ ਅਤੇ ਆਪਣੇ ਮਰੀਜ਼ਾਂ ਨੂੰ ਆਪ ਖਿੱਚ ਕੇ ਜਾਂ OT ਲੈ ਕੇ ਜਾਂਦੇ ਆ, ਜਾਂ ਜੋ ਵੀ ਉਹਦਾ ਐਕਸਰਾ ਕਰਾਉਣਾ, ਕੁਛ ਵੀ ਕਰਾਉਣਾ, ਉਹ ਲੈ ਕੇ ਜਾਂਦੇ ਆ। ਉਹਨੂੰ ਪਤਾ ਨਹੀਂ ਹੁੰਦਾ ਅਸੀਂ ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ, ਤਾਂ ਕਰਕੇ ਉਹਨੂੰ ਬਹੁਤ ਸਮੱਸਿਆ ਆਉਂਦੀਆਂ ਨੇ। ਕਈ ਵਾਰ ਕੋਈ ਪੇਸ਼ੈਂਟ ਆ ਜਿਹੜਾ ਅਨਅਟੈਂਡਡ ਆ ਜਾਂਦਾ ਐਮਰਜੈਂਸੀ ਦੇ ਵਿੱਚ, ਜਿਹਨੂੰ 108 ਵਾਲੇ ਛੱਡ ਕੇ ਜਾਂਦੇ ਨੇ, ਉਹਦੇ ਨਾਲ ਕੋਈ ਨਹੀਂ ਹੁੰਦਾ ਮੌਕੇ 'ਤੇ, ਉਹਦੀ ਜਿਹੜੀ ਸਾਰੀ ਜ਼ਿੰਮੇਵਾਰੀ ਆ ਉਹਨੂੰ ਲੈਟਰਿੰਗ, ਪਿਸ਼ਾਬ ਕਰਾਉਣ ਦੀ, ਉਹਦੇ ਐਕਸਰੇ ਕਰਾਉਣ ਦੀ, ਉਹਦਾ CT ਕਰਾਉਣ ਦੀ, ਉਹ ਜਿਹੜੀ ਜ਼ਿੰਮੇਵਾਰੀ ਸੀ ਕਲਾਸ 4 ਦਰਜਾ 4 ਕਰਮਚਾਰੀਆਂ ਦੇ ਸੀਗੇ। ਪਰ ਕੰਮ ਛੱਡਣ ਦੇ ਕਾਰਨ ਬਹੁਤ ਸਾਰੇ ਜਿਹੜੀ ਸਮੱਸਿਆ ਗਈ ਉਹ ਐਮਰਜੈਂਸੀ ਵਿਭਾਗ, OT ਵਿਭਾਗ ਅਤੇ ਸਾਰੀਆਂ ਵਾਰਡਾਂ ਦੇ ਵਿੱਚ ਹੀ ਉਤਪੰਨ ਹੋ ਰਹੀ ਹੈ। ਅਤੇ ਇਹਦੀ ਜਿਹੜੀ ਜ਼ਿੰਮੇਵਾਰ ਹੈ ਉਹ ਪੰਜਾਬ ਸਰਕਾਰ ਹੈ, ਜਿਹੜੀ ਲਗਾਤਾਰ ਇੱਥੇ ਦਰਜਾ 4 ਕਰਮਚਾਰੀਆਂ ਦਾ ਸ਼ੋਸ਼ਣ ਕਰਦੀ ਆ ਰਹੀ ਹੈ। ਲੰਮੇ ਸਮੇਂ ਤੋਂ ਸਾਡੇ ਸੰਘਰਸ਼ ਨੂੰ ਕੋਈ ਭਰਮਾ ਹੰਗਾਰਾ ਨਹੀਂ ਮਿਲਿਆ ਹੋਇਆ, ਇਸ ਕਰਕੇ ਅਸੀਂ ਜਿਹੜੀ ਜੋ ਵੀ ਹਸਪਤਾਲ ਦੇ ਵਿੱਚ ਰਿਸ਼ਤੇਦਾਰਾਂ ਦੀ ਜਾਂ ਮਰੀਜ਼ਾਂ ਦੀ ਜੋ ਵੀ ਮਾੜੀ ਹਾਲਤ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਖੁਦ ਆਪ ਹੈ। ਜੀ, ਗੱਲ ਕਰੀਏ, ਤੁਸੀਂ ਦੱਸਿਆ ਕਿ 3200 ਰੁਪਇਆ ਤਨਖਾਹ ਜਿਹੜੀ ਉਹ ਦਿੱਤੀ ਜਾ ਰਹੀ ਹੈ, ਕੀ ਤੁਹਾਨੂੰ ਲੱਗਦਾ ਹੈਗਾ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ 3200 ਰੁਪਇਆ ਹੈਗਾ ਉਸ ਦੇ ਨਾਲ ਜਿਹੜਾ ਗੁਜ਼ਾਰਾ ਹੋ ਸਕਦਾ? ਕੀ ਤੁਹਾਨੂੰ ਲੱਗਦਾ ਹੈਗਾ ਕਿ ਸਰਕਾਰ ਦੇ ਲਈ ਇਹ ਗੱਲ ਹੈਗੀ ਹੈ ਜਿਹੜੀ ਉਹ ਬੜੀ ਸ਼ਰਮ ਵਾਲੀ ਹੈਗੀ ਹੈ ਕਿ ਅੱਜ ਦੇਸ਼ ਆਜ਼ਾਦ ਹੈਗਾ ਲੇਕਿਨ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਅੱਜ ਵੀ ਗੁਲਾਮ ਨਜ਼ਰ ਆਉਂਦੇ ਨੇ? 2010 ਦੇ ਵਿੱਚ ਸਾਨੂੰ 3200 ਰੁਪਏ ਦੇ ਭਰਤੀ ਹੋ ਕੇ ਹੁਣ ਜਿਹੜੀ ਸਾਡੀ ਤਨਖਾਹ ਉਹ 8600 ਰੁਪਈਆ, ਪਰ ਅੱਜ ਦੀ ਮਹਿੰਗਾਈ ਦੇ ਜ਼ਮਾਨੇ ਨੂੰ ਦੇਖਦੇ ਹੋਏ 86 ਵੀ ਇੱਕ ਨਾ ਮਾਤਰ ਤਨਖਾਹ ਸਾਡੇ ਵਾਸਤੇ, ਕਿਉਂਕਿ ਸਾਡੇ ਦੋ ਬੱਚੇ ਨੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ। ਇੱਥੇ ਤੱਕ ਹਾਲਾਤ ਪੈਦਾ ਹੋ ਜਾਂਦੇ ਨੇ ਵੀ ਸਾਤੋਂ ਉਹਨਾਂ ਦੀ ਸਕੂਲ ਦੀ ਫੀਸ ਤੱਕ ਨਹੀਂ ਪੇ ਹੁੰਦੀ, ਅਸੀਂ ਆਪਣੇ ਬੱਚਿਆਂ ਨੂੰ ਕਿਤਾਬਾਂ ਨਹੀਂ ਲੈ ਕੇ ਦੇ ਸਕਦੇ, ਅਸੀਂ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਨਹੀਂ ਉਤਪੰਨ ਕਰ ਸਕਦੇ। ਅਸੀਂ ਖੁਦ ਆਪ ਸਾਰੇ ਐਜੂਕੇਟਡ ਹਾਂ, BA MA ਪਾਸ ਵੀ ਨੇ ਵਿੱਚ, ਮੈਂ ਖੁਦ ਆਪ BEd ਪਾਸ ਟੈਟ ਕਲੀਅਰ ਹਾਂ, ਪਰ ਮੇਰੀ ਮੈਂ ਚਾਹੁੰਦਾ ਵੀ ਮੈਨੂੰ ਚਲੋ ਉਹ ਨੌਕਰੀ ਨਹੀਂ ਮਿਲੀ, ਮੈਂ ਇੱਥੇ ਦਰਜਾ 4 ਕਰਮਚਾਰੀ ਉਹ ਵੀ ਮੈਂ ਰੈਗੂਲਰ ਨਹੀਂ ਹੋ ਰਿਹਾ। ਮੈਂ ਸਰਕਾਰ ਨੂੰ ਇੰਨੀ ਮਾੜੀ ਸਮਝਦਾ, ਇੰਨੀ ਗਿਰਵੀ ਸਰਕਾਰ ਸਮਝਦਾ ਵੀ ਇੰਨੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਇੱਕ ਦਰਜਾ 4 8300 ਰੁਪਇਆ ਤਨਖਾਹ ਦੇ ਕੇ ਉਹਦਾ ਸ਼ੋਸ਼ਣ ਕਰੀ ਜਾਂਦੇ ਆ। ਜੀ, ਗੱਲ ਕਰੀਏ ਤਾਂ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਇਹਨਾਂ ਵੱਲੋਂ ਜਿਹੜੇ ਦਰਜਾ 4 ਕਰਮਚਾਰੀ ਹੈਗੇ ਨੇ ਉਹ ਵੀ ਗ੍ਰੈਜੂਏਟ ਨੇ। ਸੋ ਕਿਤੇ ਨਾ ਕਿਤੇ ਵੱਡਾ ਸਵਾਲ ਹੁੰਦਾ ਕਿ ਸਰਕਾਰਾਂ ਦੇ ਵਿੱਚ ਮੰਤਰੀ ਨੇ ਜਿਹੜੇ ਅਨਪੜ੍ਹ ਲੋਕ ਹੈਗੇ ਨੇ, 10ਵੀਂ ਪਾਸ ਲੋਕ ਹੈਗੇ ਨੇ, ਉਹ ਮੰਤਰੀ ਬਣ ਜਾਂਦੇ ਨੇ, ਲੇਕਿਨ ਜਿਹੜੇ ਜਿਹੜੇ ਲੋਕ ਹੈਗੇ ਨੇ ਸਾਡੇ ਇੱਥੇ ਦਰਜਾ 4 ਕਰਮਚਾਰੀ ਨੇ ਉਹ ਗ੍ਰੈਜੂਏਟ ਹੋਣ ਦੇ ਬਾਵਜੂਦ ਵੀ ਜਿਹੜੇ ਦਰਜਾ 4 ਕਰਮਚਾਰੀ ਦਾ ਸਿਰਫ 8600 ਰੁਪਏ ਦੇ ਕੰਮ ਕਰ ਰਹੇ ਨੇ, ਜੋ ਕਿ ਨਿਗੂਣੀ ਤਨਖਾਹ ਕਹੀ ਜਾ ਸਕਦੀ ਹੈ, ਕਿਉਂਕਿ ਅੱਜ ਦੇ ਹਾਲਾਤ ਜੋ ਕਿ ਅੱਜ ਦੀ ਮਹਿੰਗਾਈ ਹੈਗੀ ਆ ਉਸ ਦੇ ਮੁਤਾਬਿਕ ਦੇਖਿਆ ਜਾਵੇ ਤਾਂ ਘਰ ਦਾ ਖਰਚਾ ਚਲਾਉਣਾ ਨਾਮੁਮਕਿਨ ਜਾਪਦਾ। ਸੋ ਕਿਤੇ ਨਾ ਕਿਤੇ ਸਰਕਾਰ ਦੇ ਉੱਤੇ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਕਿ ਇੱਕ ਪਾਸੇ ਤਾਂ ਹਰ ਘਰ ਰੁਜ਼ਗਾਰ ਦੀ ਗੱਲ ਕਰਕੇ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਨੇ, ਤਾਂ ਦੂਜੇ ਪਾਸੇ ਸਰਕਾਰ ਇਸ ਤਰ੍ਹਾਂ ਦੇ ਨਾਲ ਜਿਹੜੇ ਪੜ੍ਹੇ ਲਿਖੇ ਨੌਜਵਾਨ ਹੈਗੇ ਨੇ ਉਹਨਾਂ ਦਾ ਸ਼ੋਸ਼ਣ ਕਰ ਰਹੀ ਹੈ, ਤਾਂ ਕਿਤੇ ਨਾ ਕਿਤੇ ਸਰਕਾਰ ਦੇ ਉੱਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਜ਼ਰੂਰ ਲੱਗਦਾ ਨਜ਼ਰ ਆ ਰਿਹਾ। ਬਹਰਹਾਲ ਦੱਸ ਦਈਏ ਕਿ ਜਿਹੜਾ ਇਹ ਸੰਘਰਸ਼ ਹੈਗਾ ਇਹ ਰੁਕਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ, ਕਿਉਂਕਿ ਸੰਘਰਸ਼ ਕਰ ਰਹੇ ਨੇ ਜਿਹੜੇ ਲੋਕ ਉਹਨਾਂ ਦਾ ਕਹਿਣਾ ਹੈਗਾ ਕਿ ਹੁਣ ਲੜਾਈ ਆਰ ਪਾਰ ਦੀ ਆ। ਪਟਿਆਲਾ ਤੋਂ ਕੈਮਰਾਮੈਨ ਕਮਲ ਦੂਆ ਦੇ ਨਾਲ ਅਵਤਾਰ ਗਿੱਲ, ਦੈਨਿਕ ਸਵੇਰਾ।